सत श्री अकाल किसान वीरों, तुसी देख रहे हो किसान खेती विचार ते मैं हाँ चमकौर सिंह। जिस तरह आप जानते हाँ कि महंगाई है जिहड़ी ओह दिनों दिन वधदी जा रही है, चाहे आप कपड़े की गल कर लीए, चाहे आप फलों की गल कर लीए, चाहे सब्जियां टमाटर प्याज आलू किसी भी चीज़ की गल कर लीए, तो दिनों दिन महंगाई है जिहड़ी ओह वधदी जा रही है। तो इस तरह जिस तरह आप गल करते हैं कि रोज़ाना दियाँ जिहड़ियां चीज़ां ने, जिवें आप रोज़ाना सब्जी की वरतों करते हैं या आलूआं की वरतों करते हैं या प्याज की वरतों करते हैं, अजिहियां चीज़ां आप घर ही उगा सकते हैं। कई लोगों ने ट्राई भी किया भी असी किस तरह छत ते आपदियां सब्जियां उगा सकते हैं, पर किसी ना किसी कारण करके वो सफल नहीं हो सके। तो उस दे संबंध में अज साडे नाल जिहड़े हॉर्टीकल्चर ऑफिसर विपेश कुमार गर्ग जी मौजूद ने, वो सानू दसणगे कि किस तरह असी रूपटॉप फार्मिंग स्टार्ट कर सकते हैं, तो एक सफल तरीके के नालों खेती सब्जियां दी है जिहड़ी ओह घर दे विच कर सकदे आ। सति श्री अकाल सर, बहुत बहुत स्वागत है तुहाडा। हाँ जी, सति श्री अकाल जी। सर दसोंगे फार्मर नूं कि किस तरह वो जिहड़ी सब्जी है या जिहड़ी भी कोई होर जिहड़ियां सब्जियां जिहड़ियां ओह घर च उगा सकदे ने, किस तरह उन्हां दी खेती आपदे घर विच ही कर सकदे ने, बिना जमीन तों आपदी छत ते किस तरह सब्जियां उगा सकदे ने। जिवें कि जी तुसीं दस्सिया कि अजकल महंगाई वी वधदी जा रही है, उस दे नाल नाल लोकां दे अंदर जिहड़ा ऑर्गेनिक फूड हैगा या जिहड़ा कुदरती तौर ते बिना जहर या रेहां स्प्रेहां तो बिना खाना खाण की भी एक होर लगी हुई है, तो वह अवेयरनैस भी दिनों दिन बढ़ती जा रही है, क्योंकि लोगों को जिवें पता चल रहा है कि जो वो डेली का जो खाना पीना खा रहे हैं, चाहे वह फल फ्रूट है या चाहे वह सब्जियां है, उस दे विच बहुत सारिया जहर दीआं मात्रा है। सो उन्होंने अंदर अपने सब्जियां आप उगा के अपने फल फ्रूट आप उगा के खाने का भी एक शौक के तौर पर नवा यह रुझान शुरू होया। परंतु हुण अपने कोले थां ना होण करके या खास करके जिहड़े शहरी लोक हैगे ने, उहनां दे विच इक नवां ट्रेंड स्टार्ट होया कि वो अपनी छत दे उत्ते ਕੋਈ ਜਿਹੜੇ ਕੰਟੇਨਰ ਹੈਗੇ ਆ, ਜਿਵੇਂ ਪੁਰਾਣੀਆਂ ਬਾਲਟੀਆਂ ਹੈਗੀਆਂ ਜਾਂ ਜਿਵੇਂ ਡਰਮ ਹੈਗੇ ਨੇ, ਉਹਨਾਂ ਨੂੰ ਕੱਟ ਕੇ ਜਾਂ ਗਮਲਿਆਂ ਦੇ ਵਿੱਚ ਵੀ ਸਬਜ਼ੀਆਂ ਉਹ ਲਾ ਕੇ ਤੇ ਆਪਣੀ ਥੋੜ੍ਹੀ ਬਹੁਤ ਸਬਜ਼ੀ ਉਗਾ ਸਕਦੇ। ਜਿਵੇਂ ਕਿ ਸਾਡੇ ਮਹਿਕਮੇ ਦਾ ਸਾਡੇ ਮਹਿਕਮੇ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਆਉਂਦੀਆਂ ਹੈਗੀਆਂ, ਤੇ ਉਸ ਦੇ ਵਿੱਚ ਵੀ ਸਾਡੇ ਮਹਿਕਮੇ ਦਾ ਸਿਗਨੇਚਰ ਵੀ ਜੋ ਹੈਗਾ ਉਸ ਦੇ ਵਿੱਚ ਵੀ ਅਸੀਂ ਜਿਹੜੀ ਰੂਫ ਟੋਪ ਗਾਰਡਨਿੰਗ ਜਿਹੜੀ ਤੁਸੀਂ ਦੱਸੀ ਹੈਗੀ ਹੈ, ਇਸ ਕੋਲ ਨਹੀਂ ਜਗ੍ਹਾ ਹੈਗੀ, ਉਸ ਬਾਰੇ ਪੂਰੀ ਦੀ ਪੂਰੀ ਵਿਸਤਾਰ ਚ ਵੀ ਜਾਣਕਾਰੀ ਵੀ ਦਿੱਤੀ ਹੋਈ। ਇਸ ਤੋਂ ਇਲਾਵਾ ਜਿਹੜਾ ਸਾਡਾ ਸੈਂਟਰ ਆਫ ਐਕਸਲੈਂਸ ਕਰਤਾਰਪੁਰ ਹੈਗਾ, ਜਿਹੜਾ ਸਾਡਾ ਸੈਂਟਰ ਆਫ ਐਕਸਲੈਂਸ ਫੋਰ ਵੈਜੀਟੇਬਲ ਹੈਗਾ, ਉੱਥੇ ਵੀ ਅਸੀਂ ਇੱਕ ਏਦਾਂ ਦਾ ਹੀ ਮਾਡਲ ਰੂਫ ਟੋਪ ਗਾਰਡਨਿੰਗ ਦਾ ਇਸਟੈਬਲਿਸ਼ ਕੀਤਾ ਸੀ। ਉਸਦੇ ਵਿੱਚ ਅਸੀਂ ਵੱਖ ਵੱਖ ਗਮਲਿਆਂ ਦੇ ਵਿੱਚ, ਫਿਰ ਇਸ ਤੋਂ ਇਲਾਵਾ ਜਿਵੇਂ ਡਰੰਮ ਹੈਗੇ ਨੇ ਉਹ ਜਾਂ ਹੋਰ ਜਿਹੜੇ ਆਪਣੇ ਕੋਈ ਪੁਰਾਣੇ ਬਾਲਟੀਆਂ ਜਾਂ ਟੱਬ ਥੋੜਾ ਬਹੁਤ ਟੁੱਟ ਜਾਂਦਾ, ਉਸਦੇ ਵਿੱਚ ਵੀ ਸਬਜ਼ੀਆਂ ਉਗਾ ਕੇ ਲੋਕਾਂ ਨੂੰ ਉਸਦੀ ਪ੍ਰਦਰਸ਼ਨੀ ਦੇਖਣ ਲਈ ਅਸੀਂ ਉੱਥੇ ਇੱਕ ਗਾਰਡਨ ਸੈਟਅਪ ਵੀ ਕੀਤਾ ਹੋਇਆ। ਸੋ ਇਹ ਸਾਰੀਆਂ ਗੱਲਾਂ ਆਪਾਂ ਕਹਿੰਦੇ ਹੋਏ, ਜਿਹੜੀ ਮੇਨ ਹੈਗਾ ਕਿ ਆਪਾਂ ਜੇ ਕਿਸੇ ਕੋਲ ਘਰੇ ਨਹੀਂ ਜਗ੍ਹਾ ਹੈਗੀ ਤਾਂ ਜਿਵੇਂ ਪਾਲਕ ਹੋ ਗਿਆ, ਮੇਥੀ ਹੋ ਗਿਆ, ਧਨੀਆ ਹੋ ਗਿਆ, ਜਿਹੜੀ ਵੀ ਪੱਤੇਦਾਰ ਸਬਜ਼ੀਆਂ ਹੈਗੀਆਂ ਗਮਲੇ ਦੇ ਵਿੱਚ ਉਹ ਲਗਾ ਕੇ ਤੇ ਉਹ ਆਪਣਾ ਥੋੜਾ ਬਹੁਤ ਜਿਹੜਾ ਫਰੈਸ਼ ਖਾਣਾ ਪੀਣਾ ਉਹ ਲੈ ਸਕਦੇ ਨੇ, ਜਿਵੇਂ ਕੋਈ ਐਲੋਵੇਰਾ ਹੋ ਗਿਆ, ਗਿਲੋਏ ਹੋ ਗਈ, ਵੀਟ ਗ੍ਰਾਸ ਹੋ ਗਈ, ਪਾਲਕ ਹੋ ਗਿਆ, ਮੇਥੀ ਹੋ ਗਿਆ, ਮੇਥੀ ਹੋ ਗਏ, ਏਦਾਂ ਦੀਆਂ ਸਾਰੀਆਂ ਚੀਜ਼ਾਂ ਉਹ ਗਮਲਿਆਂ ਚ ਵੀ ਉਗਾ ਸਕਦੇ ਨੇ। ਜੇ ਕਿਸੇ ਨੂੰ ਇਹ ਹੈਗਾ ਕਿ ਮੈਂ ਥੋੜਾ ਜਿਹਾ ਵੱਡੇ ਲੈਵਲ ਤੇ ਕੰਮ ਕਰਨਾ ਹੈਗਾ, ਤਾਂ ਅੱਜ ਕੱਲ ਇੱਕ ਪੋਲੀ ਬੈਗ ਕਰਕੇ ਪਲਾਸਟਿਕ ਲਿਫਾਫੇ ਵੀ ਆਉਂਦੇ ਹੈਗੇ ਨੇ ਅਲੱਗ ਅਲੱਗ ਸਾਈਜ਼ ਦੇ। ਉਸਦੇ ਵਿੱਚ ਜਿਵੇਂ ਬੈਂਗਣ ਹੋ ਗਿਆ, ਟਮਾਟਰ ਹੋ ਗਿਆ, ਸ਼ਿਮਲਾ ਮਿਰਚ ਹੋ ਗਿਆ, ਮਿਰਚਾਂ ਹੋ ਗਈਆਂ ਜਾਂ ਹੋਰ ਜਿਹੜੀਆਂ ਬੇਲਾਂ ਵਾਲੀਆਂ ਫਸਲਾਂ ਹੈਗੀਆਂ, ਉਹ ਲਾ ਕੇ ਤੇ ਉਹ ਵੀ ਆਪਾਂ ਛੱਤ ਤੇ ਰੱਖ ਕੇ ਆਪਣੇ ਖਾਣ ਜੋਗਰੀ ਸਬਜ਼ੀ ਪੈਦਾ ਕਰ ਸਕਦੇ। ਫਿਰ ਇਸ ਤੋਂ ਇਲਾਵਾ ਇੱਕ ਆਪਾਂ ਜਿਸ ਨੂੰ ਕੰਟੇਨਰ ਗਾਰਡਨਿੰਗ ਕਹਿੰਦੇ ਹਾਂ, ਕੰਟੇਨਰ ਗਾਰਡਨਿੰਗ ਦਾ ਮਤਲਬ ਭਾਂਡੇ ਦੇ ਵਿੱਚ ਸਬਜ਼ੀ ਲਾਉਣਾ। ਸੋ ਜਿਵੇਂ ਘਰਾਂ ਦੇ ਵਿੱਚ ਆਪਣੇ ਕੋਲ ਪੁਰਾਣੀਆਂ ਬਾਲਟੀਆਂ ਹੁੰਦੀਆਂ ਜਾਂ ਫਿਰ ਜਿਵੇਂ 200 ਲੀਟਰ ਦਾ ਜਿਹੜੇ ਡਰੰਮ ਹੁੰਦੇ ਆ, ਉਸ ਨੂੰ ਆਪਾਂ ਕੱਟ ਕੇ ਉਸਦੇ ਵਿੱਚ ਜਿਵੇਂ ਨਿੰਬੂ ਹੋ ਗਿਆ, ਕਿੰਨੂ ਹੋ ਗਿਆ, ਉਹਦਾ ਬੂਟਾ ਲਾ ਸਕਦੇ ਹਾਂ ਵੀ ਆਲੇ ਦੁਆਲੇ ਜਿਹੜੀ ਜਗ੍ਹਾ ਬਚ ਗਈ ਉਸਦੇ ਵਿੱਚ ਆਪਾਂ ਜਿਹੜੀ ਪੱਤੇਦਾਰ ਸਬਜ਼ੀ ਹੈਗੀ ਹੈ ਜਾਂ ਕੋਈ ਮੂਲੀ ਹੈਗੀ ਹੈ, ਗਾਜਰ ਹੈਗੀ ਹੈ, ਸ਼ਲਗਮ ਹੈ, ਕਿਉਂਕਿ ਉਸਦੀ ਹਾਈਟ ਲਗਭਗ 3-3.5 ਫੁੱਟ ਉਸ 3-3.5 ਫੁੱਟ ਹੁੰਦੀ ਹੈ ਜੀ, ਕਹਿੰਦੇ ਜੀ ਉਹ ਆਪਣੀ ਸਬਜ਼ੀ ਲਗਾ ਸਕਦੇ। ਜੀ ਜੀ, ਤੇ ਸਰ ਜਿਹੜੇ ਆਪਾਂ
जी जिहड़े कुछ फार्मिंग हले स्टार्ट कर रहे ने जां जिन्हां तों सक्सैसफुली नहीं हो रहा उहदे पिछे की कारण हो सकदा है वी उहनां दीआं सब्जियां ने जिहड़ियां जां जिहड़ियां उह घरे ट्राई कर रहे ने उह चंगी तरह नहीं हो सकदा कि जो जो अपना आपां उहनां नूं जिहड़ियां खादां हैगियां जां उसदे विच कोई कीड़ा लग जांदा या कोई होर बीमारी लग जांदी है पता नहीं होंदा उहनां नूं कि उह की कीड़ी बीमारी लगी है या किहड़ा उह खाद देनी हैगी तां उसदा सारा नाल वधिया तरीका जी इह हैगा सब्जी लाने तो पहला अद्धी मिट्टी अद्धी कोई रूड़ी जी हूँ जो शहरी लोग है जिम्मे उन्होंने रूड़ी नहीं मिलती तो वो अपनी गौशाला के पच्ची रूड़ी ला सकते हैं या फिर जिदा वर्मी कंपोस्ट आती है जी गंडोहिया की खाद होंगी है वो लै सकते हैं सो की करना अद्धी मिट्टी अद्धी अद्धी रूड़ी करके चंगी तरह उसके हम गमले भर सकते हैं या जो भी उन्होंने कंटेनर है भर के उसनू चंगी तरह पानी ला के जो बत आ जाए उस दे विच जो आप बीज बीजांगे तो वह हमेशा सक्सैस होंगे जी सारे ना वड्डी गलती जिहड़े लोग करदे हैगे ने उह की करदे ने उह मिट्टी या खाद पा के उस दे विच बीज ला के उहदी पानी ला दिंदे हन फिर उह देखण जांदा कि जी उह बीज उगे नहीं जिदा आपां जमीन च कोई भी फसल बीजण तों पहलां आपां ਉਹਦੀ ਬਹਾਈ ਕਰਦੇ ਹਾਂ ਫਿਰ ਉਸਨੂੰ ਪਾਣੀ ਲਾ ਦਿੰਦੇ ਹਾਂ ਫਿਰ ਉਸ 'ਚ ਆਪਾਂ ਬਿਜਾਈ ਕਰਦੇ ਹਾਂ ਵੀ ਜਦੋਂ ਜਦੋਂ ਉਹ ਸਬਜ਼ੀ ਜਾਂ ਜੋ ਵੀ ਕੋਈ ਚੀਜ਼ ਉੱਗ ਜਾਂਦੀ ਉਸ ਤੋਂ ਬਾਅਦ ਪਾਣੀ ਲਾਉਣੇ ਆ ਜਿਹੜੇ ਪੰਜਾਬੀ 'ਚ ਆਪਾਂ ਬੱਤ ਕਹਿੰਦੇ ਹਾਂ ਜਾਂ ਬੱਤਰ ਕਹਿੰਦੇ ਹਾਂ ਤੇ ਆਪਾਂ ਕੀ ਕਰਨਾ ਜੀ ਜਿਹੜੀ ਵੀ ਚੀਜ਼ 'ਚ ਸਬਜ਼ੀ ਚਾਹੇ ਗਮਲੇ 'ਚ ਜਾਂ ਕੰਟੇਨਰ 'ਚ ਸਬਜ਼ੀ ਲਾਉਣੀ ਹੈ ਉਸਦੀ ਚੰਗਾ ਪਹਿਲਾਂ ਉਸਦੀ ਚੰਗੀ ਤਰ੍ਹਾਂ ਪਹਿਲਾਂ ਗੁਡਾਈ ਕਰਕੇ ਉਹਨੂੰ ਪਾਣੀ ਨਾਲ ਰਮਾ ਦਿਓ ਜੀ ਜੀ ਜਦੋਂ ਉਹ ਬੱਤ ਆ ਗਿਆ ਉਸ ਤੋਂ ਬਾਅਦ ਉਸ ਜੇ ਆਪਾਂ ਬੀਜ ਬੀਜਾਂਗੇ ਉਹ ਹਮੇਸ਼ਾ ਉੱਗਣਗੇ ਉੱਗਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਜਿਹੜੀ ਹੈਗੀ ਹੈ ਕਿਸਾਨਾਂ ਨਾਲ ਸਾਂਝੀ ਕੀਤੀ ਹੈ ਜੇ ਕਿਸਾਨ ਵੀਰਾਂ ਦਾ ਕੋਈ ਹੋਰ ਵੀ ਸਵਾਲ ਹੁੰਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਤੋਂ ਉਹਨਾਂ ਦਾ ਸਵਾਲ ਪਹੁੰਚਾਇਆ ਜਾਵੇ ਜੇ ਕਿਸਾਨ ਵੀਰੋ ਤੁਹਾਡਾ ਕੋਈ ਸਵਾਲ ਹੈ ਕਮੈਂਟ ਬਾਕਸ ਵਿੱਚ ਜਨਾਂ ਨੂੰ ਜ਼ਰੂਰ ਪੁੱਛੋ ਅਸੀਂ ਉਮੀਦ ਕਰਦੇ ਹਾਂ ਕਿ ਵਿਪੇਸ਼ ਜੀ ਤੋਂ ਉਹਨਾਂ ਤੁਹਾਡੇ ਹਰ ਸਵਾਲ ਦਾ ਜਵਾਬ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਦੁਬਾਰਾ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਲਈ ਧੰਨਵਾਦ